ਇੱਥੋਂ ਗੁਰਦੁਆਰਾ ਗੋਬਿੰਦਵਾਲ ਸਾਹਿਬ ਬੌਲੀ ਸਾਹਿਬ ਸੇਵਾ ਕਰਨ ਵਾਸਤੇ ਜਾਂਦੇ ਸੀ, ਜੋ ਕਿ ਇੱਕ ਟੋਕਰਾ ਪ੍ਰਸ਼ਾਦਿਆਂ ਦਾ ਇੱਥੋਂ ਰੋਜ਼ ਆਪਣੇ ਸਿਰ ਉੱਤੇ ਰੱਖ ਕੇ ਗੋਬਿੰਦਵਾਲ ਸਾਹਿਬ ਰੋਜ਼ਾਨਾ ਜਾਂਦੇ ਸੀ, ਸੇਵਾ ਕਰਦੇ ਸੀ ਲੰਗਰਾਂ ਦੀ ਜਾ ਕੇ। ਮੀਂਹ ਆਵੇ ਨੇਰੀ ਆਵੇ, ਉਹਨਾਂ ਨੇ ਕਦੇ ਨਾਗਾ ਨਹੀਂ ਸੀ ਪੈਣ ਦਿੱਤਾ। ਬੜੀ ਮਹਾਰਾਜ ਦੀ ਕਿਰਪਾ ਸੀ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ। ਜਦੋਂ ਉੱਥੇ ਲੰਗਰ ਵਿੱਚ ਜਾਂਦੇ ਸੀ, ਗੁਰੂ ਅਮਰਦਾਸ ਮਹਾਰਾਜ ਨੇ ਪੁੱਛਿਆ, ਭਾਈ ਕਿੱਥੋਂ ਆਏ ਨੇ? ਕਹਿੰਦਾ ਜੀ ਪਿੰਡ ਡੱਲੇ ਤੋਂ ਆਏ ਨੇ। ਕਹਿੰਦਾ ਤੁਸੀਂ ਕੀ ਕਰਦੇ ਨੇ? ਕਹਿੰਦਾ ਅਸੀਂ ਮਾੜੀ ਮੋਟੀ ਦਵਾਈ ਬੂਟੀ ਹਕੀਮ ਨੇ, ਦੇਸੀ ਦਵਾਈ ਦੇ ਹਕੀਮ ਨੇ, ਦਵਾਈ ਦਿੰਦੇ ਨੇ। ਗੁਰੂ ਅਮਰਦਾਸ ਨੇ ਥਾਪੜਾ ਦੇ ਕੇ ਕਿਹਾ, ਜਾ ਸੰਗਤਾਂ ਦੀ ਦਵਾ ਕਰਿਆ ਕਰਨੀ, ਦਵਾ ਕਰਿਆ ਕਰਨੀ, ਸੰਗਤਾਂ ਨੂੰ ਠੀਕ ਕਰਕੇ ਤੋਰਿਆ ਕਰਨਾ। ਉਸੇ ਤੋਂ ਫਿਰ ਭਾਈ ਲਾਲੋ ਜੀ ਉਹਨਾਂ ਦੇ ਕੀਤੇ ਹੋਏ ਬਚਨਾਂ ਦੇ ਥਾਪੜਾ ਲੈ ਕੇ ਇਸ ਸਥਾਨ ਤੇ ਆਏ, ਉਹਨਾਂ ਨੇ ਸੇਵਾ ਕੀਤੀ। ਇੱਕ ਇਹੋ ਜਿਹਾ ਸਮਾਂ ਆਇਆ ਜੋ ਕਿ ਤਈਆ ਤਾਪ ਗੋਬਿੰਦਵਾਲ ਸਾਹਿਬ ਬੌੜੀ ਸਾਹਿਬ ਕੈਦ ਕੀਤਾ ਸੀ ਪਿੰਜਰੇ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ। ਭਾਈ ਲਾਲੋ ਜੀ ਨੇ ਬੇਨਤੀ ਕੀਤੀ, ਇਹ ਬੱਚਾ ਸਾਨੂੰ ਦੇ ਦਿਓ, ਅਸੀਂ ਆਪਣੇ ਪਾਸ ਲੈ ਕੇ ਜਾਵਾਂਗੇ। ਅੱਗੋਂ ਕਹਿੰਦੇ ਗੁਰੂ ਮਹਾਰਾਜ ਜੀ, ਨਹੀਂ ਜੀ, ਰਹਿਣ ਦੋ। ਉੱਥੋਂ ਦੋ ਤਿੰਨ ਵਾਰੀ ਬੇਨਤੀ ਕਰਨ ਤੇ ਉਹਨਾਂ ਨੇ ਉਸ ਬੱਚੇ ਨੂੰ ਆਪਣੇ ਪਾਸ ਲੈ ਆਂਦਾ। ਜਦੋਂ ਰਸਤੇ ਵਿੱਚ ਨਾਲ ਲੈ ਕੇ ਆ ਰਹੇ ਸੀ ਤੇ ਉਹ ਕਹਿੰਦਾ, ਮੈਨੂੰ ਭੁੱਖ ਲੱਗੀ ਆ, ਮੈਨੂੰ ਭੁੱਖ ਲੱਗੀ ਆ, ਮੈਂ ਕੁਛ ਖਾਣਾ। ਬ੍ਰਹਮ ਗਿਆਨੀ ਭਾਈ ਲਾਲੋ ਜੀ ਕਹਿੰਦਾ, ਆਪਾਂ ਅੱਗੇ ਚੱਲਦੇ ਹਾਂ, ਅੱਗੇ ਗੁਰਸਿੱਖਾਂ ਦੇ ਨਗਰ ਆਉਣਗੇ, ਉੱਥੇ ਤੈਨੂੰ ਪ੍ਰਸ਼ਾਦਾ ਪਾਣੀ ਛਕਾਇਆ ਜਾਊਗਾ, ਤੁਸੀਂ ਉੱਥੇ ਹੋ। ਪਰ ਫਿਰ ਵੀ ਕਹਿੰਦਾ ਨਹੀਂ। ਫਿਰ ਨਾਲ ਦੇ ਹੋਰ ਮਹਾਂਪੁਰਸ਼ ਕਹਿੰਦੇ, ਚਲੋ ਆਪਾਂ ਨੂੰ ਛੱਡ ਦਿੰਦੇ ਹਾਂ, ਦੇਖ ਲੈਂਦੇ ਹਾਂ ਕੀ ਖਾ ਕੇ ਆਉਂਦਾ, ਕੀ ਇਹਦੀ ਖੁਰਾਕ ਨੇ। ਜਦੋਂ ਗਿਆ ਥੋੜ੍ਹੀ ਦੂਰ, ਇੱਕ ਧੋਬੀ ਕੱਪੜੇ ਧੋ ਰਿਹਾ ਸੀਗਾ, ਉਹਨੂੰ ਚੁੰਬੜ ਗਿਆ, ਉਹਨੂੰ ਨਿਚੋੜ ਨਿਚੋੜ ਕੇ ਖਾ ਲਿਆ। ਰੱਜ ਪੁੱਜ ਕੇ ਆ ਕੇ ਇੱਕ ਖੱਪੜ ਭਰ ਕੇ ਮਹਾਂਪੁਰਸ਼ਾਂ ਵਾਸਤੇ ਲੈ ਕੇ ਆ ਗਿਆ। ਕਹਿੰਦਾ ਆ ਲਓ ਛਕੋ, ਇਹ ਮੇਰੀ ਖੁਰਾਕ ਹੈ। ਤੇ ਭਾਈ ਲਾਲੋ ਜੀ ਕਹਿੰਦਾ, ਦੇਖੋ ਇਹਦਾ ਰੰਗ ਰੂਪ ਦੇਖੋ, ਇਹਦਾ ਚਿਹਰਾ ਦੇਖੋ। ਕਹਿੰਦੇ ਅਸੀਂ ਨਾਮ ਜਪਣ ਵਾਲੇ ਬੰਦੇ, ਬੰਦਗੀ ਕਰਨ ਵਾਲੇ, ਸੇਵਾ ਕਰਨ ਵਾਲੇ ਬੰਦੇ ਹਾਂ, ਨਹੀਂ ਅਸੀਂ ਤੈਨੂੰ ਫਿਰ ਗੋਬਿੰਦਵਾਲ ਸਾਹਿਬ ਹੀ ਬੌੜੀ ਸਾਹਿਬ ਛੱਡ ਕੇ ਆਵਾਂਗੇ। ਉਹ ਕਹਿੰਦਾ ਨਹੀਂ ਜੀ, ਮਾਂ ਪੁੱਛੋ, ਮੈਨੂੰ ਨਾਲ ਲੈ ਕੇ ਜਾਓ। ਕਹਿੰਦੇ ਨਹੀਂ, ਅਸੀਂ ਤੈਨੂੰ ਉੱਥੇ ਛੱਡ ਕੇ ਆਵਾਂਗੇ, ਤੂੰ ਠੀਕ ਨਹੀਂ ਕੀਤਾ। ਫਿਰ ਉਹਨੇ ਭਾਈ ਲਾਲੋ ਨੇ ਬਚਨ ਕੀਤਾ, ਉਹਨਾਂ ਨੇ ਕਿਹਾ ਬਚਨ ਕਰਦੇ ਹਾਂ। ਉਹ ਕਹਿੰਦਾ ਕਰੋ, ਜਿਹੜਾ ਬਚਨ ਕਰੋਗੇ ਮੈਂ ਉਹਨਾਂ ਤੇ ਪੂਰਾ ਉਤਰੂ। ਉਹ ਕਹਿੰਦਾ ਅਸੀਂ ਆਪਣੇ ਪਾਸ ਤੁਹਾਨੂੰ ਲੈ ਜਾਂਦੇ ਹਾਂ, ਅਸੀਂ ਉੱਥੇ ਕੋਠਰੀ ਦੇ ਵਿੱਚ ਤੈਨੂੰ ਬੰਦ ਕਰਾਂਗੇ, ਸਾਲ ਦੇ ਵਿੱਚ 11.5 ਮਹੀਨੇ ਬੰਦ ਰੱਖੀ ਦਾ, 15 ਦਿਨ ਦੀ ਤੈਨੂੰ ਛੁੱਟੀ ਮਿਲਿਆ ਕਰਨੀ ਆ। ਉਹ ਕਹਿੰਦਾ 7 ਵਚਨ ਮੈਨੂੰ ਮਨਜ਼ੂਰ ਆ, ਹਰ ਸਾਲ ਦੀ ਤਰ੍ਹਾਂ ਜਿਹੜੀ ਸਰਾਧਾਂ ਵਾਲੀ ਪਹਿਲੀ ਪੁੰਨਿਆ ਆਉਂਦੀ ਨੇ, ਉਸ ਪੁੰਨਿਆ ਦੇ ਤਈਆ ਤਾਪ ਦੀ ਕੋਠੀ ਖੋਲ ਦਿੱਤੀ ਜਾਂਦੀ ਹੈ, ਤੇ 15 ਦਿਨ ਉਹਨੂੰ ਛੁੱਟੀ ਮਿਲਦੀ ਨੇ। ਜਿਵੇਂ ਸਾਹੇ ਪਰਸਾਏ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਜਿਵੇਂ ਬਚਨ ਹੋਏ ਆ, ਲੰਮੇ ਸਮੇਂ ਤੋਂ ਪਿੱਛੇ ਤੋਂ ਉਵੇਂ ਚੱਲਦਾ ਆ ਰਿਹਾ। ਉਹਦੀ ਰਹਿਤ ਮਰਿਆਦਾ ਦੇ ਅਸਥਾਨ ਇਸੇ ਕੋਠਰੀ ਖੋਲੀ ਜਾਂਦੀ ਆ। ਤਖ਼ਤ ਸਾਹਿਬ ਦੇ ਭਾਈ ਲਾਲੋ ਦੇ ਅਰਦਾਸ ਬੇਨਤੀ ਕਰਕੇ ਪ੍ਰਸ਼ਾਦ ਵੰਡ ਕੇ ਇਸ ਨੂੰ ਖੋਲਿਆ ਜਾਂਦਾ। ਇਸੇ ਤਰ੍ਹਾਂ ਜਦੋਂ ਤਈਆ ਤਾਪ ਕੋਠਰੀ ਬੰਦ ਕਰਨੀ ਆ, ਤਖ਼ਤ ਤੇ ਅਰਦਾਸ ਕਰਕੇ ਇਸੇ ਤਰ੍ਹਾਂ ਪ੍ਰਸ਼ਾਦ ਵੰਡ ਕੇ ਇਹਨੂੰ ਬੰਦ ਕਰ ਦਿੰਦੇ ਹਾਂ, ਤਾਂ ਜੋ ਕਿ ਇਸ ਇਲਾਕੇ ਦੀਆਂ ਸੰਗਤਾਂ ਦੂਰੋਂ ਨੇੜਿਓਂ ਅੱਸੂ ਦੀ ਚੌਦੇ ਵਾਲੀ ਮੱਸਿਆ ਜਿਹੜੀ ਹੁੰਦੀ ਆ ਉੱਥੇ ਇਸ਼ਨਾਨ ਕਰਦੇ ਨੇ ਗੁਰਦੁਆਰਾ ਬੌੜੀ ਸਾਹਿਬ ਇੱਥੇ ਇਸ ਥਾਂ ਤੇ, ਤਾਂ ਹੀ ਸਲਾਨਾ ਜੋੜ ਮੇਲਾ। ਜ਼ਿਆਦਾ ਤੱਕ ਤਾਂ ਲੋਕਾਂ ਨੂੰ ਇਹ ਪਤਾ ਵੀ ਤਈਏ ਤਾਪ ਵਾਲਾ ਜਿਹੜਾ ਡੱਲਾ ਸਾਹਿਬ ਨੇ ਉੱਥੇ ਜਾਣਾ, ਉਹਦਾ ਕਰਕੇ ਜ਼ਿਆਦਾ ਲੋਕਾਂ ਦੇ ਵਿੱਚ ਹੈਗਾ। ਦੂਰੋਂ ਦੂਰੋਂ ਨੇੜੇ ਸਾਰਾ ਇਲਾਕਾ ਜਿੱਥੇ ਜਿੱਥੇ ਵੀ ਹੈ ਸਾਰੇ ਆਉਂਦੇ ਨੇ, ਸੇਵਾ ਕਰਦੇ ਨੇ, ਮਨਾ ਕਾਮਨਾ ਪੂਰੀਆਂ ਹੁੰਦੀਆਂ। ਜਿਹਨਾਂ ਨੂੰ ਤਾਪ ਚੜ੍ਹਦਾ ਆ ਕੇ ਇੱਥੇ ਤਖ਼ਤ ਤੇ ਅਰਦਾਸ ਕੀਤੀ ਜਾਂਦੀ ਆ।
ਫਿਰ ਉਹ ਇੱਕ ਮੰਨੀ ਦਾ ਪ੍ਰਸ਼ਾਦ ਤਿਆਰ ਕਰਕੇ ਲੈ ਕੇ ਆਉਂਦੇ ਆ, ਉਹ ਵੀ ਪ੍ਰਸ਼ਾਦ ਸੰਗਤਾਂ ਚ ਵਰਤਾਇਆ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।